ਹਾਂਜੀ ਕੀ ਗੱਲ ਹੋ ਗਈ? ਬੜੇ ਔਖੇ ਮਹਿਸੂਸ ਕਰ ਰਹੇ? ਡਾਕਟਰ ਸਾਹਿਬ ਮੈਂ ਬਹੁਤ ਟੈਨਸ਼ਨ ਚ ਹੈ, ਮੈਂ ਲਾਈਫ ਤੋਂ ਨਾ ਅੱਕ ਚੁੱਕੇ ਆ, ਸਮਝ ਨਹੀਂ ਆਉਂਦਾ ਕੀ ਬਣੂਗਾ ਜ਼ਿੰਦਗੀ ਦਾ। ਹੈ ਸਵੇਰੇ ਕੰਮ ਤੇ ਨਿਕਲ ਜਾਂਦੇ ਆ, ਸਾਰਾ ਦਿਨ ਮਸ਼ੀਨ ਨਾਲ ਮਸ਼ੀਨ ਬਣ ਕੇ ਸ਼ਾਮ ਨੂੰ ਘਰੇ ਆਉਂਦੇ ਆ, ਦਿਨ ਰਾਤ ਟੁੱਟ ਟੁੱਟ ਕੇ ਮਰਦੇ ਆ, ਪਰ ਧੇਲੇ ਜਿੰਨੀ ਕਦਰ ਨਹੀਂ ਹੈ। ਸਭ ਧੇਲੇ ਜਿੰਨੀ ਕਦਰ ਨਹੀਂ ਹੈ, ਟੈਨਸ਼ਨ ਨਹੀਂ ਤਾਂ ਹੋਵੇ ਤਾਂ ਹੋਰ ਕੀ ਹੋਵੇ। ਹੈ ਨਹੀਂ ਜਿਹੜੀ ਹੈ ਟੈਨਸ਼ਨ ਹੈਗੀਆਂ, ਤੁਸੀਂ ਖੜੀਆਂ ਆਪਣੇ ਆਪ ਪਾਈਆਂ ਨੇ, ਆਪਣੀ ਜ਼ਿੰਦਗੀ ਨੂੰ ਜਿਉਣਾ ਸਿੱਖੋ। ਉਹ ਡਾਕਟਰ ਸਾਹਿਬ ਕਿਹੜੀਆਂ ਗੱਲਾਂ ਕਰਦੇ ਆ, ਆਪ ਕਿੱਥੋਂ ਬੰਦਾ ਟੈਨਸ਼ਨਾਂ ਪਾਉਂਦਾ। ਐਸ਼ ਤਾਂ ਕਰਦੇ ਆ ਲੇਡੀਜ਼, ਜਿਹਨਾਂ ਨੂੰ ਗੱਲਾਂ ਹੀ ਆਉਂਦੀਆਂ ਨੇ ਉਹਨਾਂ ਨੂੰ ਕਾਹਦੀ ਟੈਨਸ਼ਨ? ਟੈਨਸ਼ਨ ਤਾਂ ਸਾਰੀ ਬੰਦਿਆਂ ਨੂੰ ਹੁੰਦੀ ਆ, ਲੇਡੀਜ਼ ਦਿਨ ਭਰ ਵਿਹਲੀਆਂ ਗੱਲਾਂ ਬਾਤਾਂ ਮਾਰੀਆਂ, ਟਾਈਮ ਪਾਸ ਕੀਤਾ, ਗੱਲ ਖਤਮ। ਭੈਣ ਜੀ ਬੰਦੇ ਪਤਾ ਨਹੀਂ ਕਿਉਂ ਸੋਚਦੇ ਆ ਕਿ ਲੇਡੀਜ਼ ਨੂੰ ਕੋਈ ਟੈਨਸ਼ਨ ਹੀ ਨਹੀਂ ਹੈਗੀ, ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਉਹ ਤਾਂ ਐਵੇਂ ਕਹੀ ਜਾਂਦੇ ਨੇ, ਉਹ ਮਤਲਬ ਜਨਾਨੀ ਬਣ ਕੇ ਤਾਂ ਦੇਖਣ ਜਨਾਨੀਆਂ ਨੂੰ ਕਿੰਨੀਆਂ ਟੈਨਸ਼ਨਾਂ ਹੁੰਦੀਆਂ ਨੇ। ਮੈਂ ਜੌਬ ਵੀ ਕਰਦੀ ਹਾਂ, ਮੈਂ ਸਾਰਾ ਦਿਨ ਘਰ ਦਾ ਕੰਮ ਵੀ ਉਸ ਤੋਂ ਬਾਅਦ ਕਰਦੀ ਹਾਂ, ਪਰ ਫਿਰ ਵੀ ਕਹਿ ਦਿੰਦੇ ਨੇ ਵੀ ਇਹ ਤਾਂ ਕੁਛ ਕਰਦੀ ਹੀ ਨਹੀਂ ਹੈਗੀ। ਆਦਮੀਆਂ ਨੂੰ ਤਾਂ ਛੁੱਟੀ ਮਿਲ ਜਾਂਦੀ ਹੈ, ਕਦੇ ਐਤਵਾਰ ਦੀ ਛੁੱਟੀ ਮਿਲ ਗਈ, ਕੋਈ ਦੀਵਾਲੀ ਦੁਸਹਿਰਾ ਆ ਗਈ ਫਿਰ ਛੁੱਟੀ ਮਿਲ ਗਈ, ਪਰ ਸਾਨੂੰ ਤਾਂ ਮਤਲਬ ਕੋਈ ਛੁੱਟੀ ਨਹੀਂ। ਛੁੱਟੀਆਂ 'ਚ ਤਾਂ ਜ਼ਿਆਦਾ ਕੰਮ ਕਰਨਾ ਪੈਂਦਾ ਲੇਡੀਜ਼ ਨੂੰ, ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ। ਸਹੀ ਕਿਹਾ ਭੈਣ ਜੀ, ਮੈਂ ਤਾਂ ਇਹ ਸੋਚਦੀ ਹਾਂ ਵੀ ਜਿੱਦਾਂ ਆਪਣੀ ਪ੍ਰੋਬਲਮ ਭਰੀ ਲਾਈਫ ਆ, ਸਭ ਨਾਲੋਂ ਸੌਖੇ ਤਾਂ ਬੱਚੇ ਨੇ, ਬੱਚਿਆਂ ਨੂੰ ਤਾਂ ਕੋਈ ਟੈਨਸ਼ਨ ਹੀ ਨਹੀਂ ਹੈਗੀ। ਕਿੱਡਾ ਵੱਡਾ ਵਹਿਮ ਆ ਨਾ ਸਾਰਿਆਂ ਨੂੰ, ਬਈ ਬੱਚਿਆਂ ਨੂੰ ਕੋਈ ਟੈਨਸ਼ਨ ਹੀ ਨਹੀਂ ਹੁੰਦੀ ਹੈਗੀ। ਸਭ ਤੋਂ ਵੱਡਾ ਟੈਨਸ਼ਨ ਆਪਾਂ ਨੂੰ ਹੁੰਦੀ ਆ, ਪੜ੍ਹਾਈ ਦੀ ਟੈਨਸ਼ਨ, ਪੇਪਰਾਂ ਦੀ ਟੈਨਸ਼ਨ, ਕਰੀਅਰ ਦੀ ਟੈਨਸ਼ਨ ਆ ਯਾਰ ਆਪਾਂ ਨੂੰ। ਉੱਤੋਂ ਮਾਂ ਬਾਪ ਦੀ ਟੋਕਾ ਟਾਕੀ, ਸਾਨੂੰ ਤਾਂ ਸਾਰੇ ਬੇਵਕੂਫ ਹੀ ਸਮਝਦੇ ਆ। ਓਏ ਖੁਸ਼ੀ ਕਿੱਥੇ ਚੱਲੇ ਆ ਤੂੰ? ਅਸੀਂ ਚੱਲੇ ਆ ਵਨੀਤ ਵੀਰੇ ਦੀ ਬਰਥਡੇ ਪਾਰਟੀ ਤੇ। ਕੀ ਹਾਲ ਆ ਬਾਈ? ਬਸ ਠੀਕ ਠਾਕ, ਤੁਸੀਂ ਸੁਣਾਓ? ਬੈਠੋ। ਪਹਿਲਾਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਭਾਜੀ, ਪਰ ਮੈਂ ਭਾਜੀ ਥੋੜ੍ਹੀ ਟੈਨਸ਼ਨ 'ਚ ਆ। ਟੈਨਸ਼ਨ? ਟੈਨਸ਼ਨ ਕਿਸ ਗੱਲ ਦੀ? ਬਸ ਆਹੀ ਵੀ ਕਿਵੇਂ ਬਰਥਡੇ ਸੈਲੀਬ੍ਰੇਟ ਕੀਤਾ ਜਾਵੇ। ਅੱਛਾ, ਤਾਂ ਤੈਨੂੰ ਇਸ ਗੱਲ ਦੀ ਟੈਨਸ਼ਨ ਆ? ਜਦੋਂ ਤੂੰ ਇਸ ਦੁਨੀਆਂ ਦੇ ਵਿੱਚ ਆਇਆ ਸੀ ਕਿ ਉਦੋਂ ਤੈਨੂੰ ਇਸ ਗੱਲ ਦੀ ਟੈਨਸ਼ਨ ਸੀ? ਕਿਉਂ? ਤੂੰ ਮੈਂ ਬੱਚਾ ਸੀ। ਪੁਆਇੰਟ, ਇਸੇ ਕਰਕੇ ਉਦੋਂ ਤੂੰ ਟੈਨਸ਼ਨਾਂ ਤੋਂ ਬਚਿਆ ਹੋਇਆ ਸੀ। ਤੈਨੂੰ ਨਹੀਂ ਲੱਗਦਾ ਕਿ ਅਸੀਂ ਸਿਆਣੇ ਬਣ ਕੇ ਆਪਣੇ ਗਲ ਬਹੁਤ ਜ਼ਿਆਦਾ ਟੈਨਸ਼ਨਾਂ ਦਾ ਹਾਰ ਪਾ ਲੈਂਦੇ ਹਾਂ? ਉਹੀ ਮੈਂ ਅੱਜ ਨਿਊਜ਼ ਦੇ ਵਿੱਚ ਪੜ੍ਹ ਰਿਹਾ ਸੀ, ਇੱਕ ਪਰਿਵਾਰ ਦੇ 3 ਮੈਂਬਰਾਂ ਨੇ ਕਿਸੇ ਟੈਨਸ਼ਨ ਦੇ ਕਰਕੇ ਆਪਣੀ ਸਾਰੀਆਂ ਜਾਨਾਂ ਗਵਾ ਲਈਆਂ, ਆਤਮ ਹੱਤਿਆ ਕਰ ਲਈ। ਹੈ, ਆਤਮ ਹੱਤਿਆ ਕਰ ਲਈ? ਪਰ ਆਤਮ ਹੱਤਿਆ ਜਾਂ ਫਾਹਾ ਤਾਂ ਕੋਈ ਹੱਲ ਨਾ ਨਾ ਹੋਇਆ ਫਿਰ? ਹਾਂ, ਇਸ ਦੁਨੀਆਂ ਵਿੱਚ ਇੱਦਾਂ ਦਾ ਕੋਈ ਨਹੀਂ ਹੈਗਾ ਜਿਹਨੂੰ ਕੋਈ ਟੈਨਸ਼ਨ ਨਾ ਹੋਵੇ, ਪਰ ਦੁਨੀਆਂ ਦੀ ਕੋਈ ਇਹੋ ਜਿਹੀ ਟੈਨਸ਼ਨ ਵੀ ਹੈ ਨਹੀਂ ਕਿ ਜਿਹਦਾ ਕੋਈ ਹੱਲ ਨਾ ਹੋਵੇ। ਪਰ ਡਿਸਟਰਬ ਤਾਂ ਆਪਾਂ ਸਾਰੇ ਹੀ ਹਾਂ, ਆਪਾਂ ਨੂੰ ਇਹਨਾਂ ਮੁਸ਼ਕਲਾਂ ਦਾ ਕੋਈ ਨਾ ਕੋਈ ਹੱਲ ਤਾਂ ਸੋਚਣਾ ਪਊਗਾ ਨਾ। ਮੇਰੇ ਹਿਸਾਬ ਨਾਲ ਤਾਂ ਇਹੀ ਹੱਲ ਹੈ ਵੀ ਜੇ ਟੈਨਸ਼ਨ ਆ ਢੀਠ ਨੇ ਨਾ, ਤਾਂ ਆਪ ਉਦੋਂ ਕਿਤੇ ਵੱਧ ਜ਼ਿਆਦਾ ਢੀਠ ਹੋ ਜਾਓ, ਜੇ ਉਹ ਨਹੀਂ ਹਾਰਦੀ ਤਾਂ ਆਪਾਂ ਕਿਉਂ ਹਾਰੀਏ। ਹਾਂ ਗੱਲ ਤਾਂ ਸਹੀ ਆ, ਪਰ ਇਹ ਟੈਨਸ਼ਨਾਂ ਦੀ ਜਿਹੜੀ ਜੜ੍ਹ ਆ ਆਪਾਂ ਨੂੰ ਉਹ ਵੀ ਤਾਂ ਦੇਖਣੀ ਪੈਣੀ ਹੈ ਨਾ ਵੀ ਕੀ ਆ। ਇਹ ਚੀਜ਼ ਸਭ ਤੋਂ ਵੱਧ ਜ਼ਰੂਰੀ ਹੈ ਕਿ ਆਖਰ ਟੈਨਸ਼ਨਾਂ ਕਿਹੜੀ ਕਿਹੜੀ ਗੱਲ ਤੋਂ ਹੁੰਦੀਆਂ ਨੇ। ਅੱਜ ਕੱਲ੍ਹ ਟੈਨਸ਼ਨ ਨੂੰ ਅਸੀਂ 2 ਕੈਟਾਗਰੀ 'ਚ ਵੰਡਦੇ ਹਾਂ। ਪਹਿਲੀ ਹੁੰਦੀ ਹੈ ਫਾਈਨੈਂਸ਼ੀਅਲ ਟੈਨਸ਼ਨ, ਪੈਸੇ ਧੇਲੇ ਦੀ ਵੀ ਘਰ ਬਣਾਉਣਾ, ਮਕਾਨ ਬਣਾਉਣਾ, ਕਾਰ ਲੈਣੀ, ਇਹ ਲੈਣਾ। ਦੂਸਰੀ ਸਾਡੀ ਟੈਨਸ਼ਨ ਹੁੰਦੀ ਹੈ ਰਿਲੇਸ਼ਨਸ਼ਿਪ ਦੀ, ਚਾਹੇ ਤੁਹਾਡੀ ਰਿਲੇਸ਼ਨਸ਼ਿਪ ਆਪਣੀ ਵਾਈਫ ਨਾਲ, ਆਪਣੇ ਫਾਦਰ ਨਾਲ, ਆਪਣੇ ਮਦਰ ਨਾਲ, ਆਪਣੇ ਕਿਸੇ ਵੀ ਭੈਣ ਭਰਾ ਨਾਲ। ਇਹ ਜਿਹੜੀਆਂ ਟੈਨਸ਼ਨ ਹੈਗੀਆਂ ਨਾ, ਇਹ ਕਰਕੇ ਨਾ ਤੁਸੀਂ ਫਾਈਂਡ ਆਊਟ ਕਰੋ ਇਹ 'ਚੋਂ ਕਿਹੜੀ ਤੁਹਾਨੂੰ ਪ੍ਰੋਬਲਮ ਦੇ ਰਹੀ ਹੈਗੀ ਹੈ ਅਤੇ ਉਹਦਾ ਕੀ ਸਲਿਊਸ਼ਨ ਕਰਨਾ। ਅਸੀਂ ਆਪਣੇ ਜੀਵਨ ਦੇ ਵਿੱਚ ਖੁਦ ਇਹ ਟੈਨਸ਼ਨਾਂ ਜਿਹੜੀਆਂ ਆਪਣੇ ਗਲ ਪਾ ਲੈਂਦੇ ਹਾਂ ਸਿਰਫ ਇੱਕ ਫੋਕੀ ਸ਼ੋਹਰਤ ਦੇ ਲਈ, ਸਮਾਜ ਦੀ ਸ਼ੋਹਰਤ ਦੇ ਲਈ। ਸਾਡੀਆਂ ਟੈਨਸ਼ਨਾਂ ਦਾ ਕਾਰਨ ਸਾਡੀਆਂ ਓਵਰ ਐਕਸਪੈਕਟੇਸ਼ਨ ਨੇ, ਸਾਡੀਆਂ ਇੱਛਾਵਾਂ ਵੱਧ ਰਹੀਆਂ ਨੇ, ਜਿਹੜੀਆਂ ਇੱਛਾਵਾਂ ਕਿ ਪੂਰੀਆਂ ਨਹੀਂ ਹੋ ਸਕਦੀਆਂ। ਜਦੋਂ ਪੂਰੀਆਂ ਨਹੀਂ ਹੁੰਦੀਆਂ ਤਾਂ ਟੈਨਸ਼ਨ ਪੈਦਾ ਹੁੰਦੀ ਹੈ। ਬਈ ਪੰਕਜ ਮੋਹ ਪਾ ਕੇ ਨਹੀਂ ਚੱਲੇ, ਹਮ ਦੇਖਿਆ ਤਾਂ ਡੂਬਿਆ। ਇਹ ਮੋਹ ਮਾਇਆ ਦੇ ਜਾਲ ਦੇ ਵਿੱਚ ਦੁਨੀਆ ਇੰਨੀ ਗ੍ਰਸਤ ਹੋਈ ਹੋਈ ਆ, ਬਈ ਉਸ ਦਾ ਸਾਰਾ ਜ਼ੋਰ ਇੱਕੋ ਹੀ ਲੱਗਿਆ ਵੀ ਮੈਂ ਇਹਦੇ ਵਿੱਚ ਹੋਰ ਦਲਦਲ 'ਚ ਉਹ ਫਸਦਾ ਹੀ ਜਾਂਦਾ ਉਸ ਚੀਜ਼ ਨੂੰ ਮਾਇਆ ਦੇ ਪਿੱਛੇ, ਮੋਹ ਦੇ ਪਿੱਛੇ ਉਹ ਧੱਸਦਾ ਹੀ ਜਾਂਦਾ, ਅਖੀਰ 'ਚ ਉਹ ਡੁੱਬ ਜਾਂਦਾ। ਬਸ ਜਿਹੀ ਦੌੜ ਹੈ ਲੱਗੀ ਇਸ ਦੌਰ ਕੇ ਇਨਸਾਨੋ ਮੇਂ, ਤੇਰੀ ਦੀਵਾਰ ਸੇ ਉੱਚੀ ਮੇਰੀ ਦੀਵਾਰ ਬਣੇ। ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਇੱਕ ਆਮ ਜ਼ਿੰਦਗੀ ਜਿਉਣੀ ਚਾਹੀਦੀ ਹੈ, ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਇਹਨਾਂ ਟੈਨਸ਼ਨਾਂ ਦੇ ਘੇਰੇ ਤੋਂ ਦੂਰ ਰੱਖ ਸਕੀਏ। ਸਾਨੂੰ ਜ਼ਿੰਦਗੀ ਕੱਟਣੀ ਨਹੀਂ ਚਾਹੀਦੀ, ਸਾਨੂੰ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ਜਿਉਣ ਵਾਸਤੇ ਸਾਨੂੰ ਆਪਣੀ ਜ਼ਿੰਦਗੀ ਨੂੰ, ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਲਾਉਣੀਆਂ ਜਿਹੜੀ ਸਾਨੂੰ ਜ਼ਿੰਦਗੀ ਜਿਉਣ ਲਈ ਉਤਸ਼ਾਹਿਤ ਕਰਨ। ਸਾਡੀਆਂ ਜੋ ਇੱਛਾਵਾਂ ਹਨ ਉਹਨਾਂ ਨੂੰ ਅਸੀਂ ਬਿਲਕੁਲ ਸੀਮਿਤ ਕਰੀਏ, ਔਰ ਉਹ ਸੀਮਿਤ ਤਦ ਹੋ ਸਕਦੀਆਂ ਨੇ ਜੇ ਅਸੀਂ
हाई थिंकिंग और सिंपल लिविंग दे विच विश्वास करांगे, अपना जीवन स्टाइल बिल्कुल सादा करांगे, सादगी विच आवांगे। मैनूं इत्थे पात्र साहब दीआं लाइनां बड़ियां ढुकवीआं लगदीआं ने। उहनां ने लिखिआ बई इह तां इत्थे चलदीआं ही रहणीआं ने हवावां कुपत्तीआं, इह तां इत्थे चलदीआं ही रहणीआं ने हवावां कुपत्तीआं, जगा दे मोमबत्तीआं, जगा दे मोमबत्तीआं। तुहाडा काम चानण देणा, मोमबत्ती जगाउणा, दीवा जगाउणा, ते अपना दीवा जगदा करके होर दीवे जगाउणे आ दुनिया च, ताकि सारी दुनिया च चानण हो जाए। असी चैरिटी बिगेन्स एट होम दे तो लैके आल दुआला असी किन्ना चानण कर सकते हैं, ये साडा मिशन होना चाहिए। तो स्वर्ग इत्थे ही है। प्यारे दर्शकों, इस मोटिवेशनल फिल्म का अगला पार्ट असी अगले महीने शूट करांगे। तुहाडे चो जिस किसी नूं भी किसी डिफरेंट किस्म की टेंशन होवे ते उहदा सलूशन भी तुहानूं पता होवे तां तुसीं साडे नाल कमेंट्स दे विच शेयर जरूर करिओ, असी इस नूं अगले पार्ट दे विच हिस्सा देवांगे। ते साडे चैनल नूं हाले तक जिन्हां ने सबसक्राइब नहीं किया, हुणे ही सबसक्राइब करो।